ਲੌਂਗ ਮਾਰਚ ਕਰੂਗਾ ਲੌਂਗ ਮਾਰਚ ਦੀ ਸਭ ਤੋਂ ਉਹਨਾਂ ਬੜਾ ਵੱਡਾ ਰਿਸਕ ਲਿਆ ਹੈ ਪਹਿਲੀ ਤੇ ਗੱਲ ਕਿਵੇਂ ਲਿਆ ਉਹ ਦੱਸਦਾ ਲੇਕਿਨ ਇਹਦਾ ਸਭ ਤੋਂ ਵੱਡਾ ਲੌਂਗ ਮਾਰਚ ਦਾ ਨੁਕਸਾਨ ਇਹ ਆਈ ਮੌਸਮ ਬਹੁਤ ਗਲਤ ਚੂਜ਼ ਕਰ ਲਿਆ ਕਿਉਂਕਿ ਯਾਨਰ ਭਾਈ ਉਹ ਜੀ ਚੋਂ ਕਿ ਇਮਰਾਨ ਖਾਨ ਉਹ ਤੋਂ ਪਸ਼ਾਵਰ ਲੋ ਉਹਨਾਂ ਚੂਜ਼ ਕੀਤਾ ਤੇ ਉਹ ਚੋਂ ਕਿ ਲੀਡਰਸ਼ਿਪ ਉਹ ਤੋਂ ਆਈ ਹੈ ਲਾਜ਼ਮ ਉਹ ਤੋਂ ਹੀ ਜ਼ਿਆਦਾ ਬੰਦੇ ਹਨ ਭਾਈ ਖਾਨ ਨੂੰ ਵੀ ਪਤਾ ਹੈ ਪੰਜਾਬੀਆਂ ਤੇ ਇਤਬਾਰ ਨਹੀਂ ਕਰਨਾ ਭਾਵੇਂ ਮੈਂ ਦੁਆਨ ਮੇਰੀ ਗੱਲ ਕੌੜੀ ਲੱਗੇ ਭਾਵੇਂ ਸੱਚੀ ਲੱਗੇ ਖਾਨ ਕਾਕਾ ਨਹੀਂ ਉਸ ਇਸੇ ਤੋਂ ਪਠਾਨ ਚੁਣੇ ਨੇ ਕਿਉਂਕਿ ਵਫਾਦਾਰ ਨੇ ਨਾਲ ਲੜਦੇ ਮਰਦੇ ਨੇ ਕਮਿਟਿਡ ਨੇ ਤੇ ਲੌਜੀਕਲ ਲੋਗ ਨੇ ਸਾਡੇ ਆਰ ਮਤਲਬੀ ਨਹੀਂ ਪੰਜਾਬੀਆਂ ਇੱਕ ਵਾਰੀ ਸਾਬਤ ਕੀਤਾ ਬਾ ਉਸ ਕਿਤਨੇ ਕੋਈ ਸਜ਼ਾਦੀ ਮਾਚ ਨਾਲ ਇਹਨਾਂ ਨੇ ਪੱਕੀ ਪਕਾਈ ਖੇਰ ਚਾਹੀਦੀ ਦਾ ਦਿਲ ਕਰਦਾ ਬਾਹਰ ਵੀ ਨਾ ਨਿਕਲੀਏ ਡੰਡੇ ਵੀ ਨਾ ਖਾਵੀਏ ਲੜੀਏ ਮਰੀਏ ਵੀ ਨਾ ਸੀ ਸਾਰੇ ਸੋਸ਼ਲ ਮੀਡੀਆ ਤੇ ਬਾਸ 4 ਲੇ ਕੇ ਲਾਲ ਲਾਲ ਕਰੀਏ ਬ੍ਰੇਕਿੰਗ ਨਿਊਜ਼ ਦੀ ਸੰ ਸਾਰਿਆਂ ਯੂਰਪ ਚ ਬਹਿ ਕੇ ਦੂਜੇ ਮਲਕ ਜੋ ਉਮੀਦ ਹੈ ਬਹਾਉਣੇ ਕੋਈ ਚੰਗੀ ਖਬਰ ਆਵੇ ਘਰੋਂ ਨਾ ਨਿਕਲੀ ਖਬਰਾ ਕੀ ਦੂੰ ਡੰਡੇ ਦੇ ਡਰ ਉਤੋਂ ਕੋਈ ਇਤਜਾਜ ਵਾਸਤੇ ਨਾ ਸਾਡਾ ਲੱਗਦਾ ਗਿਆ ਨਾ ਬਰਾ ਨਾ ਬੈਣ ਨਾ ਮਾੜ ਨਾ ਪਿਉ ਇੱਥੇ ਅਸੀਂ ਲਾਲਾ ਲਾਲਾ ਇਮਰਾਨ ਖਾਨ ਦੀ ਸਪੋਰਟ ਚ ਕਰਦੇ ਆ ਖਾਲੀ ਸੁਖਿਆ ਨਾਰਿਆਂ ਸੋਸ਼ਲ ਮੀਡੀਆ ਤੇ ਇਨਕਲਾਬ ਨਹੀਂ ਹੁੰਦੇ ਮਿੱਠਿਆ ਹਾਂਜੀ ਮਿੱਠਿਆ ਇੱਕ ਵਾਰੀ ਮੌਨ ਮੈਂ ਤੁਹਾਡੀ ਖidmat ਵਿੱਚ ਹਕੀਕੀ ਆਜ਼ਾਦੀ ਮਾਜ ਦੇ ਬਾਰੇ ਤਾਜ਼ਾ ਤਰੀਨ ਲੈ ਕੇ ਆਇਆ ਇਮਰਾਨ ਖਾਨ ਨੇ ਇਹ ਕਿ ਲੱਭਾ ਕੀ ਉਸ ਗਵਾਇਆ ਸ਼ਰੀ ਮਜ਼ਾਰੀ ਰਾਣਾ ਸੁਨਾਉੱਲਾ ਨੇ ਬੜੀਆਂ ਬੜੀਆਂ ਗੰਦੀਆਂ ਗਾਲੀ ਕੱਢੀਆਂ ਤੇ ਗੱਲਾਂ ਕੀਤੀਆਂ ਉਸ ਤੋਂ ਬਾਅਦ ਜਨਾਬ ਮਲਕ ਸਾਹਿਬ ਨੇ ਸਾਡੇ ہمسਾਇਆ ਮੁਲਕ ਵਿੱਚ ਦੋ ਵਾਰੀ ਉਮਰ ਕੈਦ ਦਿੱਤੀ ਗਈ ਇਹ ਉਹਨਾਂ ਦੀ ਜਦੋਂ-ਜੋਦੇ ਆਜ਼ਾਦੀ ਤਰੀਕੇ ਜ਼ਾਤੀ ਵਾਸਤੇ ਉਹਨਾਂ ਜਿਹੜੀ ਜੰਗ ਲੜੀ ਉਹਦੇ ਬਾਰੇ ਵਿੱਚ ਖਬਰ ਕੱਲ ਦੱਬ ਗਈ ਨਾਲ ਨਾਲ ਇਹ ਵੀ ਦੱਸਦਾ ਛੱਲਾ ਬਨੂੰ ਲੀਗ ਵੀ ਇਲੈਕਸ਼ਨ ਚਾੰਦੀ ਏ उस तो अलावा ताजा ताज़रीन रिपोर्ट ए के वर्ल्ड बैंक जड़ा आई एम एफ आए जनाब पाकिस्तान ना मुजाकर नाकाम हो गए हैं मजीद जनाब उन्हें रिलैक्सेशन देने तो मना कर छड़े ए सारिया गलों करने तो पहलों मैं सब सब तो पहलों इमरान खान छह दड़े की डेडलाइन दे के क्यूट गया ਮਜ਼ੇ ਦੀ ਗੱਲ ਦੱਸਾਂ ਮੈਂ ਪਿਛਲੇ ਕਿੰਨੇ ਹਰਸੇ ਤੋਂ Imran Khan ਦੇ ਹੱਕ ਚ ਵੀਡੀਓ ਬਣਾ ਰਿਹਾ ਆਈ ਤੇ ਮੈਨ ਕੋਈ ਯੂਥੀ ਆ ਨਾ ਕੋਈ ਕੋ ਜਿਆਦਾ ਕੱਲ ਥੋੜੀ ਜੀ ਮੈਂ ਸੱਚ ਦੀ ਗੱਲ ਕੀਤੀ ਹੋਈ ਆਪਣੇ ਇਲਾਕੇ ਮੰਡੀ ਚ ਬੰਦੇ ਆ ਮਾਯੂਸ ਕੀਤਾ ਬੰਦੇ ਨਹੀਂ ਨਿਕਲੇ ਤੇ ਮੇਰੇ ਤੇ ਠੱਪੇ ਪਟਵਾਰੀਆਂ ਦੇ ਲੱਗ ਗਏ ਨਾ ਮੈਂ ਸੱਚੀ ਔਰ ਕਾਇਕਤ ਮਬਨੀ ਗੱਲ ਤੁਹਾਡੇ ਸਾਹਮਣੇ ਲਿਆਉਂਦੀ ਰਹਿਣਾ ਹੈ ਵੱਡੇ ਮੋਸ ਅੰਬੂਹਰਾ Imran Khan ਨੂੰ ਤੇ ਇਨਾਂ ਨਾਖਿਆ ਬੰਦੇ ਦੇ ਪੁੱਤਰ ਬਣੋ ਮੁਜ਼ਾਕਰਾਤ ਕਰੋ ਮੁਲਕ ਇਸ ਚੀਜ਼ ਦਾ ਹੁਣ ਮਤਲਬ ਨਹੀਂ ਮੁਤਮਮਲ ਹੋ ਸਕਦਾ ਕਿ ਇੱਕ ਵਾਰੀ ਮੋਹਨੇ ਦੇ ਹਾਲਾਤ ਖਰਾਬ ਹੋਣ ਅੱਗੇ 경제 ਦਾ ਬੇੜਾ ਗਰਮ ਹੋਇਆ ਪਿਆ ਕੋਈ ਸਿੱਧੇ ਬਣੇ ਟਰੋ ਅੱਗੇ ਤੋਂ ਸਾਰਿਆਂ ਨੂੰ ਪਤਾ ਹੈ ਨੂਨ ਲੀਗ ਵੀ ਚਾਹਦੀ ਏ ਕਿ ਇਲੈਕਸ਼ਨ ਹੋਣ Imran Khan ਵੀ ਹੁਣ ਇਹ ਡਿਮਾਂਡ ਕਰਦਾ ਪਿਆ ਵਿੱਚ ਅੜਾ ਜਿਹੜਾ ਉਹ ਜ਼ੋਰਦਾਰੀ ਪਾਇਆ ਹੈ ਜਿਹੜੀਆਂ ਵੀ ਇਸਲਾਹਤ ਕਰਨੀਆਂ ਜਾਂ ਫੜੀ ਮਰਜ਼ੀ ਦੇ ਡੀਪੀਓ ਡੀਸੀ ਉਹ ਜ਼ਿਲ੍ਹਿਆਂ 'ਚ ਲਾਣੇ ਨਾ ਠੀਕ ਕਰਨੇ ਨਾ ਉਹ ਸਾਰੀ ਗੱਲ ਇੱਕ ਹੀ ਮੰਨ ਲਈ ਲੇਕਨ ਇਮਰਾਨ ਖਾਨ ਸਾਹਿਬ ਮਲਤਾਨ ਵਿੱਚ ਜਲਸੇ ਵਿੱਚ ਲਾਣ ਕਰਨਾ ਹੀ ਮਾਰਚ ਦੀ ਤਾਰੀਖ ਦਾ ਲੌਂਗ ਮਾਰਚ ਦਾ ਮਾਣੂ ਨੱਡਲੇ ਕੀਤਾ ਉਹਨਾਂ ਆਈ ਬਾਕੀ ਖਬਰ ਉਹ ਤੋਂ ਸਾਬਾਂ ਤੋਂ ਲੱਭ ਜਾਈ ਦੀ ਜਿਹੜੀ ਨਾ ਲੱਭੀ ਤੁਰੇ एकदम ਪਿਸ਼ਾਵਰ ਦੇ ਜਲਸੇ ਵੇ ਚਲਾਨ ਚਾ ਕੀਤਾ ਮੈਂ ਲੌਂਗ ਮਾਰਚ ਕਰੂੰਗਾ ਲੌਂਗ ਮਾਰਚ ਦੀ ਸਭ ਤੋਂ ਉਹਨਾਂ ਬੜਾ ਵੱਡਾ ਰਿਸਕ ਲਿਆ ਪਹਿਲੀ ਤੇ ਗੱਲ ਕਿਵੇਂ ਲਿਆ ਉਹ ਦੱਸਦਾ ਲੇਕਿਨ ਇਹਦਾ ਸਭ ਤੋਂ ਵੱਡਾ ਲੌਂਗ ਮਾਰਚ ਦਾ ਨੁਕਸਾਨ ਇਹ ਆਈ ਮੌਸਮ ਬਹੁਤ ਗਲਤ ਚੂਜ਼ ਕਰ ਲਿਆ ਕਿਉਂਕਿ شدید ਗਰਮੀ ਹੋ ਰਬਸ ਹੈ ਔਰ ਮੈਂ ਨਾਲ ਦੀ ਗੱਲ ਕਰਦੇ ਜਾਵਾਂ ਕਿ ਆ ਜਰਾ ਵੇਖੋ ਨਾ ਕਿਤਨੀ ਸ਼ੈਲਿੰਗ ਕੀਤੀ ਗਈ ਹੈ ਜਿਹਦੇ ਵਿੱਚ ਲੋ ਜਿਹੜੇ ਆਏ ਹਨ ਮਾਸ਼ਾਅੱਲਾ ਪੀਟੀ ਆਇਲਾ ਮੜਾ ਮਤਲਬ ਅੱਗੋ ਮੁਕਾਬਲਾ ਵੀ ਕੀਤਾ ਲੇਕਿਨ ਜਿਹਨਾਂ ਨਮਾਨਾਂ ਦੇ ਉੱਤੇ ਘਰ ਆਣ ਜਿਹੜੇ ਆਪਣੇ ਘਰ ਸਾਰੀ ਰਾਤ ਸਾਰੀ ਦਿਹਾੜੇ ধੂਆ ਜਪਦੇ ਰਹੇ ਨੇ ਤੇ ਮਤਲਬ ਉਹਨਾਂ ਦਾ ਜੀਣਾ ਆਰਾਮ ਹੋਇਆ ਉਹਨਾਂ ਦਾ ਕੀ ਕਸੂਰ ਹੈ ਮਿਠਿਆ ਹੁਣ ਮੈਂ ਗੱਲ ਕਰ ਲਾਂ Imran Khan ਜੂਆ ਖੇਡਿਆ ਜੇ ਪੇ ਦਾ ਲੌਂਗ ਮਾਰਚ ਹੋ ਜਾਂਦਾ ਕਾਮਯਾਬ ਤੇ ਮਨ ਜਨਾਬ ਬੜਾ ਪ੍ਰੈਸ਼ਰ ਪੁਣਾਈ ਉਹਨਾਂ ਇਲੈਕਸ਼ਨ ਦੀ ਡੇਟ ਉਥੋਂ ਲੈ ਕੇ ਹਟਣਾਈ ਲੇਕਿਨ ناکਾਮ ਹੋਣ ਨਾਲੇ ਪੀਟੀਆਈ ਦੇ ਹੌਸਲੇ ਟੁੱਟ ਗਏ ਨੇ ਉਹਨਾਂ ਨੂੰ 6 ਦਿਨੋਂ ਨਾ ਮਜ਼ੀਦ ਮਨ ਰੀਕਨਸਿਡਰ ਕਰਨੇ ਵਾਸਤੇ ਲੈਨੇ ਕਿਉਂਕਿ ਹਕੀਕਤ ਹੈ ਬ Punjab ਚ ਬੰਦੇ ਨਹੀਂ ਨਿਕਲੇ ਕੋਈ ਇੱਤ ਗਲੰਡਕ ਸਾਂ ਬਾਕੀ ਤਜੀਆ ਮਣ ਲੈ ਕਿਉਕ ਸਾਖਸਸਦਰੋ ਵਸਦਰੋ ਉਚਿਆ ਟਾਣਾ ਹੀ ਰੋ ਵੇਨੇ ਆਉਣ 6 ਦਿਹਾੜਿਆਂ ਬਾਅਦ ਕੀ ਕੱਟੀ ਕੱਟਾ ਨਿਕਲਦਾ ਮੈਨ ਲੱਗਦਾ ਹੁਣ ਆ ਸੱਚ ਕੁਝ ਵੀ ਨਹੀਂ ਇਲੈਕਸ਼ਨ ਕੋਈ ਨਹੀਂ ਹੋਣੇ ਹਾਂ ਇਹ ਆ Imran Khan ਹੁਣ ਪੰਜਾਬੀਆਂ ਜਾਂ ਛੰਡੇ ਦਾ ਤੇ ਜ਼ਰਾ ਬੰਦੇ ਵੱਲ ਘਰੋਂ ਨਿਕਲ ਸੰ